ਪਹਿਲਾਂ ਦੇ ਜ਼ਮਾਨੇ 'ਚ ਨਾ ਛੇਤੀ ਕਿਤੇ ਕੋਈ ਡਾਕਟਰ ਕੋਲ ਨਹੀਂ ਸੀ ਜਾਂਦਾ, ਸਾਡੇ ਦਾਦੀ ਪੜਦਾਦੀ ਦੇ ਟਾਈਮ। ਔਰ ਸਪੈਸ਼ਲੀ ਲੇਡੀਜ਼, ਗਾਇਨੀ ਵਗੈਰਾ ਦਾ ਤਾਂ ਕੋਈ ਟ੍ਰੈਂਡ ਹੀ ਨਹੀਂ ਸੀਗਾ। ਲੇਡੀਜ਼ ਆਪਣੀਆਂ ਪ੍ਰੋਬਲਮਸ ਆਪਸ 'ਚ ਡਿਸਕਸ ਕਰਕੇ ਇੱਕ ਦੂਸਰੇ ਦੀਆਂ ਵੈਦ ਆਪ ਹੀ ਹੁੰਦੀਆਂ ਸੀ, ਇੱਕ ਦੂਸਰੇ ਨੂੰ ਆਪੇ ਸੁਜੈਸਟ ਕਰ ਦਿੰਦੀਆਂ ਸੀ ਤੂੰ ਇਹ ਕਰ ਲੈ ਇਹ ਕਰ ਲੈ। ਮੇਰੀ ਦਾਦੀ ਕੋਲ ਬਹੁਤ ਲੇਡੀਜ਼ ਆਉਂਦੀਆਂ ਸੀ, ਕਿਸੇ ਦਾ ਸਿਰ ਦੁਖਣਾ, ਕਿਸੇ ਦਾ ਕੋਈ ਕਿਸੇ ਨੇ ਕਹਿਣਾ ਮੇਰੇ ਗੋਡੇ ਦੁਖਦੇ ਆ, ਬੈਕ ਦਰਦ ਹੁੰਦੀ ਆ, ਜਾਂ ਆਪਣੀ ਹੋਰ ਮੈਂਸਟਰੇਸ਼ਨ ਨਾਲ ਰਿਲੇਟਡ ਪ੍ਰੋਬਲਮ ਦੀ ਗੱਲ ਕਰਨ, ਤਾਂ ਮੇਰੀ ਦਾਦੀ ਇੱਕੋ ਹੀ ਚੀਜ਼ ਬੋਲਦੀ ਸੀ, ਅਲਸੀ। ਅਲਸੀ ਨਹੀਂ ਖਾਂਦੀ ਤੂੰ, ਤੁਸੀਂ ਅਲਸੀ ਦੀਆਂ ਪਿੰਨੀਆਂ ਬਣਾ ਲਿਆ ਕਰੋ, ਤੁਸੀਂ ਅਲਸੀ ਦਾ ਆਹ ਜੈਲ ਬਣਾ ਲਿਆ ਕਰੋ, ਇੱਦਾਂ ਕਰ ਲਿਆ ਕਰੋ। ਅਤੇ ਮੈਂ ਹਮੇਸ਼ਾ ਹੀ ਦਾਦੀ ਨੂੰ ਕਹਿੰਦੀ ਸੀ, ਦਾਦੀ ਇੱਕੋ ਹੀ ਦਵਾਈ ਹੈ, ਤੁਸੀਂ ਅਲਸੀ ਮਤਲਬ ਅਲਸੀ, ਦਾਦੀ ਕਹਿੰਦੀ ਤੈਨੂੰ ਨਹੀਂ ਪਤਾ, ਅਲਸੀ ਜਿਹੜੀ ਹੈ ਨਾ ਉਹ ਜਿਹਨੇ ਖਾ ਲਈ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ, ਅਲਸੀ ਬਹੁਤ ਵਧੀਆ ਚੀਜ਼ ਹੈ, ਅਲਸੀ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਐਵੇਂ ਮਤਲਬ ਬਹੁਤ ਤਾਰੀਫ ਕਰ ਦਿੰਦੇ ਸੀ। ਅਤੇ ਹੁਣ ਮੈਨੂੰ ਪਤਾ ਲੱਗਦਾ, ਅਰੇ ਉਹਨਾਂ ਦੀਆਂ ਸਰਦੀਆਂ ਵਿੱਚ ਅਲਸੀ ਦੀਆਂ ਪਿੰਨੀਆਂ ਤਾਂ ਮੁੱਕਦੀਆਂ ਹੀ ਨਹੀਂ ਸੀ, ਮਸ਼ਹੂਰ ਸੀਗੀਆਂ। ਐਂਡ ਵੈਸੇ ਵੀ ਆਟੇ 'ਚ ਵੀ ਗੁੰਨ ਲੈਂਦੇ ਸੀ ਅਲਸੀ ਦੇ ਬੀਜ। ਅਤੇ ਅੱਜ ਮੈਂ ਦਾਦੀ ਨੂੰ ਯਾਦ ਕਰਦੇ ਹੋਏ, ਅਲਸੀ ਤੁਹਾਨੂੰ ਦਿਖਾਉਂਦੇ ਹੋਏ, ਆਈ ਵਿਲ ਡੈਫੀਨੇਟਲੀ ਗੋਇੰਗ ਟੂ ਟੈਲ ਯੂ ਦ ਬੈਨੀਫਿਟਸ ਆਫ ਅਲਸੀ। ਸਭਸੇ ਪਹਿਲੇ ਤਾਂ ਜੋ ਆਪਕਾ ਅਲਸੀ ਹੈ, ਇਹ ਬਹੁਤ ਅੱਛਾ ਹੋਤਾ ਹੈ ਆਪਕੇ ਯੂਰਿਕ ਐਸਿਡ ਕੇ ਲਈ, ਕਿਉਂਕਿ ਇਹ ਪਿਊਰਿਨ ਕੋ ਰਿਡਿਊਸ ਕਰਤਾ ਹੈ, ਜਿਸਕੀ ਵਜ੍ਹਾ ਸੇ ਆਪਕੋ ਯੂਰਿਕ ਐਸਿਡ ਮੇ ਪੇਨ ਜਾਂ ਇਨਫਲਮੇਸ਼ਨ ਹੋਤੀ ਹੈ, ਤੋ ਦਿਸ ਇਜ਼ ਵੈਰੀ ਗੁੱਡ। ਦੂਸਰੀ ਚੀਜ਼, ਇਹ ਬ੍ਰੇਨ ਕੀ ਸ਼ਕਤੀ ਕੋ ਬੜਾਤਾ ਹੈ, ਮਤਲਬ ਆਪਕੀ ਯਾਦਦਾਸ਼ਤ ਕੋ ਬੜਾਤਾ ਹੈ, ਤੋ ਇਹ ਬੱਚੋਂ ਕੇ ਲੀਏ ਨਾ ਤੋ ਬਹੁਤ ਹੀ ਜ਼ਿਆਦਾ ਅੱਛਾ ਹੈ। अलसी का अगर आप डेली सेवन करते हो तो ये आपके इंसुलिन को रेगुलेट करता है, मतलब ब्लड में शुगर को रेगुलेट करता है, तो दिस इज वेरी वेरी गुड फॉर डायबिटिक पेशेंट। डायबिटीज नहीं है तो उनको डायबिटीज होंगी नहीं। एंड चौथी चीज, इसमें फाइटोएस्ट्रोजेंस होते हैं जो कि फीमेल हार्मोन के मिमिक होते हैं, तो फीमेल हार्मोन की फीमेल्स के अंदर कमी नहीं होती, उनका मेल हार्मोन भारी नहीं पड़ता। आपको पता है जब मेल हार्मोन बढ़ जाता है फीमेल्स के अंदर तो उनको साइकिल में, मेंसेस में प्रॉब्लम आने लग जाती है, उनको हेयर ग्रोथ आने लग जाती है, स्किन खराब हो जाती है, ठीक है, यूट्रस में रसौली बनने के चांसेस होते हैं, तो उन सब चीज़ों से बचा जा सकता है, क्योंकि आपके फाइटोएस्ट्रोजेंस की वजह से आपका फीमेल हार्मोन ऑप्टिमम मात्रा में रिलीज होता है एंड आपके हार्मोन्स को सेट रखता है। हार्मोन्स खुश तो लेडी खुश, लेडी खुश तो घर खुश, घर खुश तो दुनिया खुश।